ਜਥਿਆਂ ਹੈ ਜੀ ਕਿਸਾਨ ਜਿਹੜੇ ਕਿ ਹੁਣੇ ਮਾਰਚ ਦੇ ਵਿੱਚ ਹੀ ਸ਼ਹੀਦੀ ਪਾ ਗਏ ਅਤੇ ਸਾਨੂੰ ਪਿੱਛੇ ਪਤਾ ਚੱਲਿਆ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਕੰਮ ਕਾਜ ਵਾਲਾ ਨਹੀਂ ਰਿਹਾ ਬਾਬਾ ਜੀ ਦੀ ਉਮਰ 70 ਸਾਲ ਤੋਂ ਵਧੇਰੇ ਹੋ ਚੁੱਕੇ ਹੈ ਅਤੇ ਘਰ ਦੇ ਵਿੱਚ ਬੜੀ ਪ੍ਰੋਬਲਮ ਹੈ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸੋਚਿਆ ਵੈਸੇ ਫਾਲਨ ਫੰਡਸ ਦੇ ਅਧੀਨ ਅਸੀਂ ਪੈਸੇ ਵੀ ਦਿੰਦੇ ਹਾਂ ਜਿਹੜੇ ਫਾਰਮਰ ਸ਼ਹੀਦ ਹੋ ਚੁੱਕੇ ਆ ਸਾਡੀ ਟੀਮ ਰੈਗੂਲਰ ਉਹਨਾਂ ਦੇ ਘਰਾਂ ਵਿੱਚ ਜਾ ਰਹੀ ਹੈ ਅਤੇ ਉਹਨਾਂ ਨੂੰ ਫੰਡਸ ਵੀ ਅਸੀਂ ਦੇ ਰਹੇ ਹਾਂ ਪੰਜਾਬ ਜਾਂ ਚੈੱਕ ਦੇ ਰਹੇ ਹਾਂ ਬਟ ਇੱਥੇ ਸਾਨੂੰ ਪਤਾ ਚੱਲਿਆ ਕਿ ਕੋਈ ਰੋਜ਼ਗਾਰ ਹੀ ਨਹੀਂ ਹੈ ਕੁਛ ਨਹੀਂ ਹੈ ਫਿਰ ਅਸੀਂ ਇਹ ਕਿਹਾ ਕਿ ਬਾਬੇ ਨੂੰ ਇੱਕ ਡੈਰੀ ਫਾਰਮ ਖੋਲ੍ਹ ਕੇ ਦੇ ਦਈਏ ਸੋ 3 ਗਊਆਂ ਅਸੀਂ ਲੈ ਕੇ ਆਏ ਹਾਂ ਅਤੇ ਉਹਦਾ ਲਿਆਉਣ ਦਾ ਮੇਨ ਮਕਸਦ ਇਹੀ ਹੈ ਕਿ ਜੇ ਇੱਕ ਵਾਰੀ ਇਹ 3 ਗਊਆਂ ਦੇ ਦਿੱਤੀਆਂ ਇਹ ਅੱਗੇ ਰੋਜ਼ਗਾਰ ਚਾਲੂ ਹੋ ਜਾਏਗਾ ਅਤੇ ਉਹ ਰੋਜ਼ਗਾਰ ਨੂੰ ਮੁੱਖ ਰੱਖਦੇ ਯੂਨਾਈਟਿਡ ਸਿੱਖ ਨੂੰ ਅਸੀਂ ਇੱਥੇ ਆਏ ਹਾਂ ਅਤੇ ਉਸ ਤੋਂ ਇਲਾਵਾ ਯੂਨਾਈਟਿਡ ਸਿੱਖ ਜਿਹੜੀ ਕੀ ਹੈ ਆਲਰੇਡੀ 10 ਕੰਟਰੀਆਂ ਦੇ ਵਿੱਚ ਸਾਡੇ ਆਲਰੇਡੀ ਚੈਲੰਜ ਸਾਰੇ ਚੈਪਟਰ ਚੱਲ ਰਹੇ ਆ ਬੜਾ ਅੱਛਾ ਕੰਮ ਅਸੀਂ ਵਰਕ ਲੈਵਲ ਕਰ ਰਹੇ ਹਾਂ ਸਾਰੀ ਸੰਗਤਾਂ ਦੀ ਸਹਿਯੋਗ ਨਾਲ ਚੱਲ ਰਿਹਾ ਬਾਰਡਰ 'ਤੇ ਜਦ ਦਾ ਕਿਸਾਨ ਮੋਰਚਾ ਚੱਲਿਆ 3 ਬਾਰਡਰਾਂ 'ਤੇ ਹੀ ਸਾਡੇ ਸਟਾਲ ਲੱਗੇ ਹੋਏ ਆ ਜਿਹੜਾ ਪ੍ਰੋਪਰ ਵਰਕ ਕਰ ਰਹੇ ਹਾਂ ਅਸੀਂ ਸੋ ਮਕਸਦ ਮੇਨ ਇੱਕੋ ਗੱਲ ਹੈ ਕਿ ਵੀ ਜਦ ਤੱਕ ਕਿਸਾਨ ਮੋਰਚਾ ਚੱਲੇਗਾ ਅਸੀਂ ਖੜ੍ਹੇ ਰਹਾਂਗੇ ਅਸੀਂ ਨਹੀਂ ਹਟਾਂਗੇ ਉਸ ਤੋਂ ਇਲਾਵਾ ਜਿਵੇਂ ਹੋਰ ਇੱਕ ਗੱਲ ਕੀਤੀ ਹੈ ਮੈਂ ਬਾਬਾ ਜੀ ਦਾ ਜਿਹੜਾ ਪੁੱਤਰ ਹੈ ਉਹ ਪੜ੍ਹਾਈ ਛੱਡਣਾ ਚਾਹੁੰਦੇ ਸੀ ਤਾਂ ਯੂਨਾਈਟਿਡ ਸਿੱਖ ਨੇ ਇੱਕ ਹੋਰ ਗੱਲ ਕਹੀ ਹੈ ਕਿ ਉਹ ਪੜ੍ਹਾਈ ਨਾ ਛੱਡੇ BA ਫਸਟ ਈਅਰ 'ਚ ਵਿੱਚ ਹੈ ਜੇ ਉਹਨੂੰ ਲੱਗਦਾ ਕਿ ਉਹ ਕੋਈ ਨਹੀਂ ਖਰਚਾ ਚੱਕਿਆ ਆਉਂਦਾ ਅਸੀਂ ਟਿਲ ਜਦ ਤੱਕ ਉਹਦੀ ਪੜ੍ਹਾਈ ਕੰਪਲੀਟ ਨਹੀਂ ਹੁੰਦੀ ਯੂਨਾਈਟਿਡ ਸਿੱਖ ਉਹਨਾਂ ਨੂੰ ਉਹਦੇ ਕਾਲਜ ਦੇ ਜਿਹੜੇ ਹੈਗੇ ਆ ਪੂਰੇ ਫੀਸਾਂ ਦਾ ਇੰਤਜ਼ਾਮ ਵੀ ਕਰੇਗੀ ਤਾਂ ਕਿ ਪੜ੍ਹਾਈ ਨਹੀਂ ਖਤਮ ਹੋਣੀ ਚਾਹੀਦੀ ਗੱਲ ਕਰਦੇ ਕਿ ਜੀ ਦਾ ਵਾਪਸ ਨਹੀਂ ਆ ਸਕਦਾ ਪੂਰਾ ਦੇਖਿਆ ਕਿ ਹਾਂ ਵੀ ਦੁੱਧ ਚੰਗਾ ਆਉਂਦਾ ਹੋਵੇ ਤਾਂ ਹੀ ਪੂਰਾ ਬੈਨੀਫਿਟ ਹੈ ਪੂਰਾ ਸਤਪਾਲ ਸਿੰਘ ਸ਼ਹੀਦ ਹੋਇਆ ਜੀ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਸੀ ਅਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਗਰੀਬ ਪਰਿਵਾਰ ਹੈ ਅਤੇ ਜ਼ਮੀਨ ਉਹਨੇ ਕੁਛ ਵਿਕ ਚੁੱਕੀ ਹੈ ਅਤੇ ਇਹਨਾਂ ਜਿਵੇਂ ਕਰਜ਼ਾ ਵੀ 5-7 ਲੱਖ ਰੁਪਇਆ ਕਰਜ਼ਾ ਵੀ ਹੈ ਅੱਜ ਯੂਨਾਈਟਿਡ ਸਿੱਖ ਇੱਕ ਸੰਸਥਾ ਆਈ ਹੈ ਮਤਲਬ ਉਹਨਾਂ ਵਿੱਚ ਡਾਕਟਰ ਤੇਜ ਪ੍ਰਕਾਸ਼ ਜੀ ਅਤੇ ਡਾਕਟਰ ਰੁਪਿੰਦਰ ਸਿੰਘ ਜੀ ਜੋ ਕਿ ਅੱਜ ਗਾਈਆਂ ਲੈ ਕੇ ਅੱਜ ਹੀ ਪਹੁੰਚੇ ਹੈਗੇ ਅਤੇ ਅਸੀਂ ਉਹਨਾਂ ਦੇ ਧੰਨਵਾਦ ਕਰਦੇ ਹਾਂ ਬਿਲਕੁਲ ਜੀ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਚਾਹੀਦੇ ਕਿਉਂਕਿ ਇਹ ਕਾਨੂੰਨ ਇੰਨੇ ਮਤਲਬ ਜ਼ਿਮੀਂਦਾਰਾਂ ਦੇ ਮਤਲਬ ਵਿਰੋਧ ਦੇ ਵਿੱਚ ਹੈ ਕਿ ਜ਼ਿਮੀਂਦਾਰ ਕਦੇ ਵੀ ਨਹੀਂ ਉੱਠ ਸਕਦਾ ਜੇ ਕਾਨੂੰਨ ਲਾਗੂ ਹੋ ਜਾਂਦੇ ਤਾਂ ਸਤਪਾਲ ਸਿੰਘ ਠੀਕਰੀ ਬਾਰਡਰ 'ਤੇ ਗਿਆ ਸੀ ਕਿ 5-4 ਵਾਰੀ ਸੇਵਾ ਕਰਨ ਗਿਆ ਜੀ ਉੱਥੇ ਉਹ ਕਦੇ ਲੱਕੜਾਂ ਲੈ ਕੇ ਗਏ ਕਦੋਂ ਕੁਛ ਕਈ ਵਾਰੀ ਅਤੇ ਫਿਰ ਹੁਣ 5 ਦਿਨ ਉੱਥੇ ਰਹੇ ਜੀ ਬਿਮਾਰ ਹੋ ਗਏ ਅਤੇ ਹੋਰ ਲਾਉਣੇ ਸੀ 2-3 ਦਿਨ ਅਤੇ ਉਹ ਫਿਰ ਇੱਥੇ ਆ ਗਏ ਜੀ ਇੱਥੇ ਆ ਕੇ ਉਹ ਬਸ ਉਹਦਾ ਹਾਰਟ ਅਟੈਕ ਹੋ ਗਿਆ BP ਘੱਟ ਗਿਆ ਜੀ ਅਤੇ ਉਹਦੀ ਡੈਥ ਹੋ ਗਈ ਜਾਇਦਾਦ ਤਾਂ ਜੀ ਵਿਕ ਚੁੱਕੀ 2-2.5 ਕਿੱਲੇ ਜੀ ਉਹਦੇ ਕੋਲ 5-7 ਕਨਾਲਾ ਜ਼ਮੀਨ ਹੈ ਜੀ ਅਤੇ ਉਹ ਸਬਜ਼ੀ ਸੁਬਜ਼ੀ ਲਾਉਂਦਾ ਸੀਗਾ ਜੀ ਅਤੇ ਠੇਕੇ ਠੁੱਕੇ 'ਤੇ ਲੈ ਲੈਂਦਾ ਸੀਗਾ ਅਤੇ ਆਪਦੇ ਰੁਜ਼ਗਾਰ ਚੱਲੀ ਜਾਂਦਾ ਸੀ ਹੁਣ ਸਾਡੇ ਰੁਜ਼ਗਾਰ ਵਾਲਾ ਕੋਈ ਨਹੀਂ ਪਰ ਜੋ 7-8 ਲੱਖ ਸੀਗਾ ਜੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਜੀ ਵੀ ਸਾਡੇ ਮੇਰੇ ਪੋਤਰੇ ਨੂੰ ਨੌਕਰੀ ਦਿੱਤੀ ਜਾਵੇ ਅਤੇ ਸਾਡਾ ਜਿਹੜਾ ਵਧੀਆ ਰੁਜ਼ਗਾਰ ਚੱਲ ਸਕੇ ਜਨਰੇਟਰ ਸਿੱਖ ਵਾਲਿਆਂ ਨੇ ਵੀ ਕਿਤੇ ਫਿਰ ਉਹਨਾਂ ਨੇ ਫੋਨ 'ਤੇ ਗੱਲ ਕਰ ਬਾਤ ਪੁੱਛੀ ਸਾਨੂੰ ਅਤੇ ਫਿਰ ਆਹਦੇ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਅਤੇ ਫਿਰ ਇਹ ਗਾਈਆਂ ਲੈ ਕੇ ਆਏ ਜੀ ਰੁਜ਼ਗਾਰ ਚਲਾਉਣ ਵਾਸਤੇ ਡੇਅਰੀ ਚਲਾਉਣ ਵਾਸਤੇ ਡੇਅਰੀ ਇਹਨਾਂ ਨੇ ਮਤਲਬ ਵੀ ਡੇਅਰੀ ਚਲਾਓ ਤੁਹਾਡਾ ਰੁਜ਼ਗਾਰ ਚੱਲ ਪਊਗਾ ਅਤੇ ਹੁਣ ਇਸ ਨਾਲ ਸਾਡਾ ਰੁਜ਼ਗਾਰ ਵੀ ਚੱਲ ਸਕਦਾ ਜੀ ਕਰਦੇ ਵੀ ਜਿਹੜੇ ਸਰਕਾਰ ਹੈ ਸਾਡੇ ਜਿਹੜੇ ਹੋਰ ਵੀ ਸ਼ਹੀਦ ਹੋ ਹੀ ਜਾਂਦੇ ਆ ਮੇਰਾ ਪੁੱਤ ਵੀ ਸ਼ਹੀਦ ਹੋ ਗਿਆ ਸਤਪਾਲ ਸਿੰਘ ਇਹ ਸਰਕਾਰ 3 ਕਾਨੂੰਨ ਵਾਪਸ ਲਵੇ ਤਾਂ ਫਿਰ ਇਹ ਮਸਲਾ ਠੀਕ ਹੋਊਗਾ ਨਹੀਂ ਇਹ ਸਾਰਾ ਮਸਲਾ ਬਹੁਤ ਮਾੜੀ ਹਾਲਤ 'ਚ ਹੋ ਰਿਹਾ ਜੀ ਜੀ ਪਿਛਲੇ ਦਿਨਾਂ ਤੋਂ ਹੀ ਕਿਸਾਨ ਜਨੂੰਨ ਅੰਦੋਲਨ ਨਾਲ ਜੁੜੇ ਹੋਏ ਹੈ ਕਿ 15 ਦਿਨ ਪਹਿਲਾਂ ਵੀ ਰੋਇਆ ਕਿ ਆਏ ਹੈ
ਅਤੇ ਹੁਣ ਵੀ ਗਏ ਸੀ ਪੰਜ ਸੱਤ ਦਿਨ ਉੱਥੇ ਬਿਮਾਰ ਹੋ ਗਏ ਸੀ ਪੰਜਵੇਂ ਦਿਨਾਂ ਤੋਂ ਪਿੰਡ ਆ ਗਏ ਸੀ ਪਿੰਡ ਆ ਕੇ ਇਹਨਾਂ ਦਾ ਜੀ ਡੈਥ ਮਤਲਬ ਡੈਥ ਹੋ ਗਈ ਸੀ ਅਟੈਕ ਹੋ ਗਿਆ ਸੀ ਇਹਨਾਂ ਨੂੰ ਅਤੇ ਬਹੁਤ ਵਧੀਆ ਸੀ ਇਨਸਾਨ 2.5 ਕਿੱਲੇ ਜ਼ਮੀਨ ਸੀ ਵੇਚ ਚੁੱਕੇ ਸੀ ਕਰਜ਼ਾ 7-8 ਲੱਖ ਰੁਪਏ ਇਹਨਾਂ ਨੇ ਦੇਣਾ 5 ਕਨਾਲ ਇਹਨਾਂ ਕੋਲ ਜ਼ਮੀਨ ਹੈਗੀ ਰੁਜ਼ਗਾਰ ਇਹਨਾਂ ਕੋਲ ਕੋਈ ਹੈ ਨਹੀਂ ਹੈ ਜੀ ਅਤੇ ਤਾਂ ਚਾਹੁੰਦੇ ਵੀ ਇਹਨਾਂ ਦਾ ਰੁਜ਼ਗਾਰ ਵਾਸਤੇ ਕੋਈ ਵੱਧ ਤੋਂ ਵੱਧ ਸਮਝੌਤਾ ਸੇਵਾ ਕਰੀ ਜਾਵੇ ਇਹਨਾਂ ਦੇ ਹਾਂਜੀ ਸਰਕਾਰ ਤੋਂ ਮਦਦ ਮੰਗਣਾ ਚਾਹੁੰਦੇ ਵੀ ਇਹਨਾਂ ਦੇ ਕਰਜ਼ਾ ਜਿਹੜਾ ਉਹ ਮਾਫ਼ੀ ਜਿਹੜੇ ਬੈਂਕ ਦਾ ਦੇਣਾ ਜਾਂ ਕੋਈ ਬਾਣੀਆਂ ਦੇਣਾ ਜਾਂ ਕੋਈ ਕਿਸੇ ਹਿਸਾਬ ਨਾਲ ਮਾਫ਼ੀ ਹੋਣੀ ਚਾਹੀਦਾ ਬਹੁਤ ਸੋਹਣੀ ਗੱਲ ਹੋ ਜੀ ਅਤੇ ਇੱਕ ਸਿੱਖ ਯੂਨਾਈਟਡ ਵਾਲੇ ਸਾਡੇ ਪਹੁੰਚੇ ਜੀ ਉਹਨਾਂ ਨੇ 3 ਗਾਈਆਂ ਦਿੱਤੀਆਂ ਪਰਿਵਾਰ ਨੂੰ ਰੁਜ਼ਗਾਰ ਚਲਾਉਣ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਹੜੇ ਪਰਿਵਾਰ ਲਈ ਇੰਨੀ ਸੇਵਾ ਕਰੀ ਉਹਨਾਂ ਨੇ।